ਪੰਜਾਬ ਰਾਜ ਦੇ ਨਵੇਂ ਮੁਖ ਸਕੱਤਰ ਦਾ ਨਾਮ ਫਾਈਨਲ ਹੋ ਚੁੱਕਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਦਾਂਤਕ ਤੌਰ ਤੇ ਮਨਜ਼ੂਰੀ ਦੇ ਦਿੱਤੀ ਹੈ 1993 ਬੈਚ ਦੇ ਉਨਰਾਗ ਵਰਮਾ ਸੂਬੇ ਦੇ ਨਵੇਂ ਮੁਖ ਸਕੱਤਰ ਹੋਣਗੇ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਤੋਂ ਬਾਅਦ ਫਾਈਨਲ ਹੋ ਚੁੱਕਾ ਕਿ ਸੂਬੇ ਦੇ ਨਵੇਂ ਮੁਖ ਸਕੱਤਰ ਉਨਰਾਗ ਵਰਮਾ ਹੋਣਗੇ 1993 ਬੈਚ ਦੇ ਆਈਐਸ ਅਧਿਕਾਰੀ ਉਨਰਾਗ ਵਰਮਾ ਸੂਬੇ ਦੇ ਅਗਲੇ ਮੁਖ ਸਕੱਤਰ ਪਟਿਆਲੇ ਦੇ ਰਹਿਣ ਵਾਲੇ ਨੂਰਾਗ ਵਰਮਾ 1993 ਦੇ ਵਿੱਚ ਆਈਐਸ ਬਣੇ ਸੀ ਜਦੋਂ ਉਹਨਾਂ ਨੇ ਯੂਪੀਐਸਸੀ ਕਲੀਅਰ ਕੀਤਾ ਸੀ ਇਸ ਸਮੇਂ ਉਹ ਪੰਜਾਬ ਦੇ ਗ੍ਰਹਿ ਸਕੱਤਰ ਸਨ ਤੇ ਉਹਨਾਂ ਦਾ ਨਾਮ ਫਾਈਨਲ ਹੋ ਚੁੱਕਾ ਉਹ ਸੂਬੇ ਦੇ ਨਵੇਂ ਮੁੱਖ ਸਕੱਤਰ ਹੋਣਗੇ ਨੂਰਾਗ ਵਰਮਾ ਵਿਜੇ ਕੁਮਾਰ ਜੰਜੂਆ ਦੀ ਜਗ੍ਹਾ ਲੈਣਗੇ ਵਿਜੇ ਕੁਮਾਰ ਜੰਜੂਆ ਜਿਹੜੇ ਜੂਨ ਮਹੀਨੇ ਦੇ ਮਤਲਬ 30 ਜੂਨ ਨੂੰ ਰਿਟਾਇਰ ਹੋ ਰਹੇ ਨੇ ਉਨ੍ਹਾਂ ਦੀ ਜਗ੍ਹਾ ਉਹ ਰਾਗ ਵਰਮਾ ਜਗ੍ਹਾ ਲੈਣਗੇ ਨਰਾਗ ਵਰਮਾ ਸੂਬੇ ਦੇ ਨਵੇਂ ਮੁਖ ਸਕੱਤਰ ਦਾ ਲਾਂਡ ਕਰ ਦਿੱਤਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ 1993 ਬੈਚ ਦੇ ਆਈਐਸ ਅਧਿਕਾਰੀ ਅਨੁਰਾਗ ਵਰਮਾ ਨੂੰ ਪੰਜਾਬ ਦਾ ਨਵਾਂ ਮੁਖ ਸਕੱਤਰ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਰਸਮੀ ਤੌਰ ਤੇ ਲਾਂਡ ਕਿਸੇ ਵੀ ਵੇਲੇ ਵੀ ਸਰਕਾਰ ਕਰ ਸਕਦੀ ਹੈ ਵਿਜੇ ਕੁਮਾਰ ਜੰਝੂਆ ਜਿਹੜੇ ਆਰਡਰ ਤਵਾੜੀ ਤੋਂ ਬਾਅਦ ਲਗਾਏ ਗਏ ਸਨ ਉਹਨਾਂ ਦੀ ਹੁਣ ਜਿਹੜੀ ਸੇਵਾ ਮੁਕਤੀ ਆ 30 ਜੂਨ ਹੋ ਰਹੀ ਹੈ ਹਾਲਾਂਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਐਕਸਟੈਂਸ਼ਨ ਵਾਸਤੇ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਸੀ 3 ਮਹੀਨੇ ਪਹਿਲਾਂ ਲੇਕਿਨ ਸੈਂਟਰ ਸਰਕਾਰ ਨੇ ਐਕਸਟੈਂਸ਼ਨ ਦੇਣ ਤੋਂ ਨਾ ਕਰ ਦਿੱਤੀ ਸੀ ਸਿਰਫ ਪੰਜਾਬ ਦਾ ਹੀ ਨਹੀਂ ਬਲਕਿ ਹਰਿਆਣਾ ਦੀ ਸਰਕਾਰ ਨੇ ਵੀ ਮੁਖ ਸਖਤਰ ਦੀ ਐਕਸਟੈਂਸ਼ਨ ਵਾਸਤੇ ਉਹਨਾਂ ਨੇ ਆਪਣੇ ਮੁਖ ਸਖਤਰ ਦੀ ਐਕਸਟੈਂਸ਼ਨ ਵਾਸਤੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਸੀ ਉਹ ਵੀ ਉਹਨਾਂ ਨੇ ਖਾਰਜ ਕਰ ਦਿੱਤੀ ਸੀ ਕਿਉਂਕਿ ਜਿਹੜਾ ਐਕਸਟੈਂਸ਼ਨ ਦੇਣ ਦਾ ਜਿਹੜਾ ਮਸਲਾ ਹੈਗਾ ਉਹ ਸੈਂਟਰ ਸਰਕਾਰ ਦੇ ਅਧੀਨ ਆ ਜਿੱਥੇ ਹਰਿਆਣਾ ਨੂੰ ਨਾ ਕੀਤੀ ਉਸ ਤੇ ਪੰਜਾਬ ਨੂੰ ਵੀ ਨਾ ਕੀਤੀ ਇਸ ਕਰਕੇ ਹਾਲਾਂਕਿ ਬਹੁਤ ਸਾਰੇ ਨਾਮਾਂ ਦੀ ਚਰਚਾ ਚੱਲ ਰਹੀ ਸੀ ਕਿ ਸੈਂਟਰ ਤੋਂ ਜਿਹੜੇ ਇਸ ਟਾਈਮ ਪੰਜਾਬ ਦੇ ਆਈਐਸ ਆਫੀਸਰ ਵੀਕੇ ਸਿੰਘ ਜਿਹੜੇ ਸੈਂਟਰ ਡੈਪੂਟੇਸ਼ਨ ਤੇ ਨੇ ਉਹ ਵੀ ਜਗ੍ਹਾ ਲੈ ਸਕਦੇ ਨੇ ਉਹ ਵੀ ਮੁਖ ਸਖਤਰ ਬਣ ਸਕਦੇ ਨੇ ਨਾਲ ਦੀ ਨਾਲ ਉਨਰਾਗ ਅਗਰਵਾਲ ਉਹਨਾਂ ਦਾ ਨਾਮ ਚੱਲ ਰਿਹਾ ਸੀ ਕੈਪ ਸਿਨਾ ਦਾ ਨਾਮ ਵੀ ਚੱਲ ਰਿਹਾ ਸੀ ਲੇਕਿਨ ਹੁਣ 1993 ਬੈਚ ਦੇ ਆਈਐਸ ਅਧਿਕਾਰੀ ਉਨਰਾਗ ਵਰਮਾ ਸੂਬੇ ਦੇ ਨਵੇਂ ਮੁਖਸਤਕਰ ਹੋਣਗੇ ਇਹ ਰਸਮੀ ਤੌਰ ਤੇ ਐਲਾਨ ਕਿਸੇ ਵੀ ਵੇਲੇ ਵੀ ਹੋ ਸਕਦਾ ਔਰ ਇਸ ਸਮੇਂ ਪੰਜਾਬ ਦੇ ਉਹ ਹੋਮ ਡਿਪਾਰਟਮੈਂਟ ਵਿੱਚ ਬਤੌਰ ਗ੍ਰੈਸ ਕਤਰ ਦੇ ਤੌਰ ਤੇ ਕੰਮ ਕਰ ਰਹੇ ਨੇ ਔਰ ਕਾਫੀ ਸਿਆਣ ਸਿਆਣੇ ਔਰ ਕੂਲ ਮਾਈਂਡ ਅਫਸਰ ਮੰਨੇ ਜਾਂਦੇ ਨੇ ਰਾਗ ਵਰਮਾ ਪਟਿਆਲੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਕਾਫੀ ਚਰਚਾ ਚੱਲ ਰਹੀ ਸੀ ਕਿ ਅਗਲਾ ਮੁਖ ਸਕੱਤਰ ਕੌਣ ਹੋਏਗਾ ਤਿੰਨ ਚਾਰ ਨਾਮ ਚੱਲ ਰਹੇ ਸੀ ਜਿਨ੍ਹਾਂ ਦੇ ਵਿੱਚ ਵੀ ਕੇ ਸਿੰਘ ਦਾ ਨਾਮ ਚੱਲ ਰਿਹਾ ਸੀ ਕੈਪ ਸਿਨਾ ਦਾ ਨਾਮ ਚੱਲ ਰਿਹਾ ਸੀ ਉਨਰਾਗ ਅਗਰਵਾਲ ਦਾ ਨਾਮ ਚੱਲ ਰਿਹਾ ਸੀ ਤੇ ਉਨਰਾਗ ਵਰਮਾ ਦਾ ਇਸ ਮਸਲੇ ਦੇ ਵਿੱਚ ਹੁਣ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਜਿਹੜੇ ਅਨੁਰੁੱਤ ਤਵਾੜੀ ਨੇ ਜਿਹੜੇ ਵਿਨੀ ਮਹਾਜਨ ਤੋਂ ਬਾਅਦ ਜਦੋਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਸੀ ਉਹਨਾਂ ਨੇ ਕੈਪਟਨ ਬਰਿੰਦਰ ਸਿੰਘ ਵੱਲੋਂ ਨਿਯੁਕਤ ਕੀਤੇ ਗਏ ਵਿਨੀ ਮਹਾਜਨ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਅਨੁਰੁੱਤ ਤਵਾੜੀ ਨੂੰ ਲਗਾਇਆ ਗਿਆ ਸੀ ਮੁਖ ਸਕੱਤਰ ਤੇ ਮੁਖ ਸਕੱਤਰ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਦਲ ਜਾਂਦੀ ਆ ਤਾਂ ਅਨੁਰੁੱਤ ਤਵਾੜੀ ਨੂੰ ਹਟਾ ਕੇ ਭਗਵੰਤ ਮਾਨ ਦੀ ਸਰਕਾਰ ਨੇ ਵਿਜੇ ਕੁਮਾਰ ਜੰਝੂਆ ਨੂੰ ਸੂਬੇ ਦਾ ਮੁਖ ਸਕੱਤਰ ਨਿਯੁਕਤ ਕੀਤਾ ਗਿਆ ਸੀ ਉਹਨਾਂ ਦੀ ਜਿਹੜੀ ਨਿਯੁਕਤੀ ਜਿਹੜੀ ਉਹ ਮਾਰਚ 2022 ਦੇ ਵਿੱਚ ਹੋਈ ਸੀ ਲੇਕਿਨ ਹੁਣ ਕਿਉਂਕਿ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਜਿਹੜਾ ਉਸ ਸਮਾਂ 30 ਜੂਨ ਇਸ ਕਰਕੇ ਸਰਕਾਰ ਨੇ ਅੱਜ ਹੀ ਨਾਮ ਫਾਈਨਲ ਕਰ ਦਿੱਤਾ ਤੇ ਰਸਮੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਵੀਲੇ ਵੀ ਜਨਤਕ ਤੌਰ ਤੇ ਪੰਜਾਬ ਦੀ ਜਨਤਾ ਨੂੰ ਟਵੀਟ ਰਾਹੀਂ ਜਾਣਕਾਰੀ ਦਿੱਤੀ ਜਾ ਸਕਦੀ ਆ ਕਿ ਰੰਗਲੇ ਪੰਜਾਬ ਦੀ ਟੀਮ ਦੇ ਵਿੱਚ ਹੁਣ ਸੂਬੇ ਦਾ ਜਿਹੜਾ ਮੁਖ ਸਕੱਤਰ ਆ ਉਹ ਪੰਜਾਬ ਦੇ ਜਿਹੜੇ ਉਨਰਾਗ ਵਰਮਾ ਹੋਣਗੇ ਤੇ ਦੇਖਦੇ ਆ ਕਿ ਉਹਨਾਂ ਰਾਗ ਵਰਮਾ ਦਾ ਸਰਕਾਰ ਦੇ ਨਾਲ ਜਿਹੜਾ ਕਿੰਨਾ ਆਪਸੀ ਤਾਲਮਿਲ ਰਹਿੰਦਾ ਔਰ ਖਾਸ ਕਰਕੇ ਜ਼ਿਲ੍ਹਾ ਲੈਵਲ ਤੇ ਅਧਿਕਾਰੀਆਂ ਦੇ ਨਾਲ ਕਿੰਨਾ ਤਾਲਮਿਲ ਰਹਿੰਦਾ ਹੈਗਾ ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਵੀ ਇਹ ਕਹ ਕੇ ਜਿਹੜੇ ਹੁਣ ਵਿਜੇ ਕੁਮਾਰ ਜੰਝੂ ਆ ਜਿਹੜੇ ਸੂਬੇ ਦੇ ਮੁਖ ਸਕੱਤਰ ਦੇ ਅਹੁਦੇ ਤੋਂ 30 ਜੂਨ ਨੂੰ ਰਿਟਾਇਰ ਹੋ ਰਹੇ ਨੇ ਚਰਚਾ ਇਹ ਵੀ ਆਈ ਕਿ ਉਹਨਾਂ ਨੂੰ ਪੰਜਾਬ ਪਬਲਿਕ ਸਰਵ ਕਮਿਸ਼ਨ ਦਾ ਚੇਅਰਮੈਨ ਵੀ ਲਗਾਇਆ ਜਾ ਸਕਦਾ ਉੱਥੇ ਵੀ ਉਹਨਾਂ ਦਾ ਨਾਮ ਉਹਨਾਂ ਨੇ ਅਪਲਾਈ ਕਰ ਦਿੱਤਾ ਔਰ ਇੱਕ ਹੋਰ ਜਿਹੜੀ ਪੰਜਾਬ ਦੇ ਵਿੱਚ ਮਹੱਤਵਪੂਰਨ ਜਿਹੜੀ ਅਸਾਮੀ ਖਾਲੀ ਆ ਉਹ ਆ ਪੰਜਾਬ ਸੂਚਨਾ ਅਧਿਕਾਰ ਕਮਿਸ਼ਨ ਦੇ ਵਿੱਚ ਚੀਫ ਕਮਿਸ਼ਨਰ ਦਾ ਅਹੁਦਾ ਖਾਲੀ ਆ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੋਨਾਂ ਵਿੱਚੋਂ ਇੱਕ ਜਗ੍ਹਾ ਤੇ ਵਿਜੇ ਕੁਮਾਰ ਜੰਝੂਆ ਜਿਹੜੇ ਉਹ ਬਤੌਰ ਚੇਅਰਮੈਨ ਲੱਗ ਸਕਦੇ ਨੇ ਦੂਜਾ ਜਿਹੜੇ ਇਸ ਟਮੇ ਭਗਵੰਤ ਮਾਨ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਟੂ ਸੀਐਮਾ ਜਿਹੜੇ ਵੈਨੂ ਪ੍ਰਸ਼ਾਦ ਵੈਨੂ ਪ੍ਰਸ਼ਾਦ ਦੇ ਜਿਹੜੇ ਰਿਟਾਇਰਮੈਂਟ ਆ ਉਹ 31 ਜੁਲਾਈ ਨੂੰ ਹੋ ਰਹੀ ਆ ਤੇ ਚਰਚਾ ਇਹ ਹੈ ਕਿ ਜੇ ਵਿਜੇ ਕੁਮਾਰ ਜੰਜੂਆ ਪਬਲਿਕ ਸਰਕੋਮਿਸ਼ਨ ਦੇ ਚੇਅਰਮੈਨ ਲੱਗੇ ਤੇ لازمی ਤੌਰ ਤੇ ਵੀ ਇਹਨੂੰ ਪ੍ਰਸ਼ਾਸਨ ਸੂਚਨਾ ਕਮਿਸ਼ਨ ਦੇ ਵਿੱਚ ਬਤੌਰ ਚੀਫ ਕਮਿਸ਼ਨਰ ਲੱਗ ਸਕਦੇ ਨੇ ਜਾਂ ਫਿਰ ਸਰਕਾਰ ਉੱਥੇ ਉਹਨਾਂ ਨੂੰ ਐਕਸਟੈਂਸ਼ਨ ਵੀ ਦੇ ਸਕਦੀ ਆ ਕਿ ਜਦ ਤੱਕ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਮੁੱਖ ਮੰਤਰੀ ਰਹਿਣਗੇ ਤਦ ਤੱਕ ਜਿਹੜੇ ਵੀ ਉਹਨੂੰ ਪ੍ਰਸ਼ਾਦ ਉਹ ਉਹਨਾਂ ਦੇ ਪ੍ਰਮੁਖ ਸਕੱਤਰ ਲੱਗੇ ਰਹਿਣਗੇ ਹੁਣ ਫਿਲਹਾਲ ਸੂਬੇ ਦੇ ਵਿੱਚ ਜਿਹੜੇ ਨਵੇਂ ਮੁਖ ਸਕੱਤਰ ਨੇ ਪਬਲਿਕ ਸਰਕਮਿਸ਼ਨ ਦੇ ਚੇਅਰਮੈਨ ਕੌਣ ਲੱਗਦੇ ਨੇ ਜਾਂ ਇਨਫੋਰਮੇਸ਼ਨ ਕਮਿਸ਼ਨ ਵਿੱਚ ਕੌਣ ਚੀਫ ਕਮਿਸ਼ਨ ਲੱਗਦੇ ਨੇ ਉਹ ਹਲੇ ਬਾਅਦ ਦੀ ਗੱਲ ਹੈ ਕਿਨ ਜਿਹੜੀ ਹੁਣ ਤੁਹਾਡੇ ਨਾਲ ਅਸੀਂ ਗੱਲ ਤੇ ਖਬਰ ਸਾਂਝੀ ਕੀਤੀ ਉਹ ਹੈ ਕਿ ਉਨਰਾਗ ਵਰਮਾ 1993 ਬੈਚ ਦੇ ਆਈਐਸ ਅਫੀਸਰ ਸੂਬੇ ਦੇ ਨਵੇਂ ਮੁਖ ਸਕੱਤਰ ਨਿਯੁਕਤ ਕਰ ਦਿੱਤੇ ਗਏ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ